ਨੋਮੀਨੇਸ਼ਨ ਫਾਈਲ ਕਰਨ ਵਾਲੇ ਪੰਜਾਬ ਕਾਂਗਰਸ ਦੇ ਪਹਿਲੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਸਾਡੇ ਨਾਲ ਮੌਜੂਦ ਨੇ। ਚੌਧਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਦੇਖੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਦਾ ਪਹਿਲਾ ਨੋਮੀਨੇਸ਼ਨ ਪੇਪਰ ਅੱਜ ਫਾਈਲ ਹੋਇਆ ਔਰ ਮੁੱਖ ਮੰਤਰੀ ਸਾਹਿਬ ਉਹ ਪੇਪਰ ਮੇਰਾ ਫਾਈਲ ਕਰਾ ਕੇ ਗਏ। ਜਲੰਧਰ ਵਾਸੀਆਂ ਦੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਔਰ ਇਸ ਅੱਜ ਸਮਾਗਮ ਜਿਹੜਾ ਸਮਾਰੋਹ ਹੋਇਆ ਇੱਥੇ ਇਸ ਦੇ ਨਾਲ ਅੱਜ ਸਾਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਫੋਰਮਲ ਤੌਰ 'ਤੇ ਜਿਹੜੀ ਕੰਪੇਨ ਹੈ ਉਹ ਲਾਂਚ ਹੋ ਗਈ ਹੈ ਜੀ। ਕੀ ਇੱਕ ਨਵਾਂ ਉਤਸ਼ਾਹ ਮਿਲਿਆ? ਕੈਪਟਨ ਅਮਰਿੰਦਰ ਸਿੰਘ ਖੁਦ ਪਹਿਲੇ ਤੁਸੀਂ ਉਮੀਦਵਾਰ ਹੋ ਜਿਨ੍ਹਾਂ ਦਾ ਨੋਮੀਨੇਸ਼ਨ ਫਾਈਲ ਕਰਨ ਲਈ ਉਹ ਇੱਥੇ ਪਹੁੰਚੇ ਹੋਏ ਨੇ। ਦੇਖੋ ਕੈਪਟਨ ਸਾਹਿਬ ਦੇ ਆਉਣ ਨਾਲ ਜਿਹੜੇ ਲੋਕ ਆ ਉਹਨਾਂ 'ਚ ਬਹੁਤ ਉਤਸ਼ਾਹ ਹੋਇਆ ਜੀ। ਉਹਨਾਂ ਨੂੰ ਇੱਕ ਕਿਸਮ ਦੀ ਐਨਰਜੀ ਮਿਲੀ, ਉਹਨਾਂ ਦਾ ਉਤਸ਼ਾਹ ਵਧਿਆ ਔਰ ਉਹਨਾਂ ਦਾ ਜਿਹੜਾ ਮੈਸੇਜ ਹੈ ਉਹਨੇ ਦਿੱਤਾ ਕਿਉਂਕਿ ਕੈਪਟਨ ਸਾਹਿਬ ਦੀ ਪੰਜਾਬ ਸੂਬੇ ਵਾਸਤੇ ਬਹੁਤ ਦੇਣ ਹੈ ਔਰ ਲੋਕ ਉਹਨਾਂ ਨੂੰ ਪਿਆਰ ਕਰਦੇ, ਉਹਨਾਂ ਦਾ ਸਤਿਕਾਰ ਕਰਦੇ ਹੈ। ਸੋ ਇਸ ਕਰਕੇ ਉਹਨਾਂ ਦੇ ਆਉਣ ਦੇ ਨਾਲ ਅੱਜ ਮੇਰੀ ਜਿਹੜੀ ਕੰਪੇਨ ਹੈ ਉਸ ਤੋਂ ਹੁੰਗਾਰਾ ਹੀ ਨਹੀਂ ਮਿਲਿਆ, ਉਸ ਦੇ ਵਿੱਚ ਬਹੁਤ ਵਾਧਾ ਹੋਇਆ, ਮੈਂ ਇਸਦਾ ਬੜਾ ਫਾਇਦਾ ਹੋਇਆ। ਮਹਿੰਦਰ ਸਿੰਘ ਕੇਪੀ ਜੋ ਨਾਰਾਜ਼ ਚੱਲ ਰਹੇ ਸੀ ਟਿਕਟ ਤੋਂ ਉਹ ਵੀ ਤੁਹਾਡੇ ਨਾਲ? ਹੁਣੇ ਮੈਂ ਉਹਨਾਂ ਦੇ ਨਾਲ ਜੱਫੀਆਂ ਪਾਈਆਂ, ਦੇਖੀਆਂ ਤੁਸੀਂ, ਉਹ ਮੇਰੇ ਨਾਲ ਆ। ਕਾਂਗਰਸ ਪੂਰੀ ਦੀ ਪੂਰੀ ਕਾਂਗਰਸ ਹੁਣ ਕੰਪੇਨ ਦੇ ਵਿੱਚ ਸਾਥ ਦੇਣਗੇ ਤੁਹਾਡਾ? ਬਿਲਕੁਲ ਸਾਥ। ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਮੰਨਦੇ ਹੋ ਤੁਸੀਂ? ਹਾਲੇ ਕੁਛ ਲੱਗ ਨਹੀਂ ਰਿਹਾ ਵੀ ਕਿਸੇ ਨਾਲ ਮੁਕਾਬਲਾ ਹੈ ਕਿਉਂਕਿ 3-4 ਕੈਂਡੀਡੇਟ ਹੈ। 2 ਕੈਂਡੀਡੇਟ ਤਾਂ ਮਾਈਗ੍ਰੈਂਟਸ ਹੈਗੇ ਬਾਹਰਲੇ, ਇੱਥੇ ਦੇ ਨਹੀਂ, ਦੂਜਿਆਂ ਜ਼ਿਲ੍ਹਿਆਂ ਦੇ ਹੈ ਜੀ। ਸੋ ਲੱਗ ਨਹੀਂ ਰਿਹਾ ਕਿ ਕੋਈ ਇਸ ਤਰ੍ਹਾਂ ਲੱਗ ਰਿਹਾ, ਹੁਣ ਕੰਪੇਨ ਚੱਲੇਗੀ ਫਿਰ ਨਜ਼ਰ ਆਏਗਾ। ਦੇਖੋ ਜੀ, ਇੱਕ ਚਰਚਾ ਸੀ ਵੀ ਮਹਿੰਦਰ ਸਿੰਘ ਕੇਪੀ ਨੂੰ ਕੋਈ ਅਹੁਦਾ ਵੀ ਦਿੱਤਾ ਜਾ ਸਕਦਾ ਕੈਪਟਨ ਅਮਰਿੰਦਰ ਸਿੰਘ ਅੱਜ ਉੱਥੇ ਪਹੁੰਚੇ। ਕਾਂਗਰਸ ਹਾਈ ਕਮਾਂਡ ਦਾ ਅਧਿਕਾਰ ਖੇਤਰ ਹੈ, ਕੇਪੀ ਆਪਣੇ ਕੈਪਟਨ ਸਾਹਿਬ ਉਹਨਾਂ ਨਾਲ ਲੈ ਕੇ ਆਏ। ਆਖਰੀ ਸਵਾਲ, ਕਿਹੜੇ ਮੁੱਖ ਮੁੱਦੇ ਕਿਹੜੇ ਰਹਿਣਗੇ? ਮੁੱਖ ਮੁੱਦੇ ਜ਼ਿਆਦਾ ਨੈਸ਼ਨਲ ਇਸ਼ੂਜ਼ ਜਿਹੜੇ ਸਾਡਾ ਘੋਸ਼ਣਾ ਪੱਤਰ ਹੈ ਔਰ ਦੂਸਰੇ ਜਿਹੜੇ ਸੰਸਦੀ ਖੇਤਰ ਦੇ ਵਿੱਚ ਡਿਵੈਲਪਮੈਂਟ ਹੈ, ਉਹ ਮੁੱਦੇ ਰਹਿਣਗੇ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਵੱਲੋਂ ਅੱਜ ਨੋਮੀਨੇਸ਼ਨ ਫਾਈਲ ਕੀਤੀ ਗਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਖੁਦ ਅੱਜ ਇੱਥੇ ਪਹੁੰਚੇ ਹੋਏ ਸੀ ਅਤੇ ਇਹਨਾਂ ਦੇ ਪੁਰਾਣੇ ਇਹਨਾਂ ਦੇ ਸਾਥੀ ਜੋ ਟਿਕਟ ਤੋਂ ਨਾਰਾਜ਼ ਚੱਲ ਰਹੇ ਸੀ ਮਹਿੰਦਰ ਸਿੰਘ ਕੇਪੀ, ਉਹਨਾਂ ਨੂੰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਾ ਲਿਆ ਜੋ ਇੱਥੇ ਉਹਨਾਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪਹੁੰਚੇ ਹੋਏ ਸੀ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਪ੍ਰੀਤ ਸਿੰਘ, ਦੈਨਿਕ ਸਵੇਰਾ, ਜਲੰਧਰ। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ ਤਾਂ ਚੱਕੋ ਮੋਬਾਈਲ ਅਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ 'ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਅਤੇ ਨਸ਼ਰ ਕਰੇਗਾ ਤੁਹਾਡੀ ਹਰ ਸਮੱਸਿਆ। ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਫੇਸਬੁੱਕ ਪੇਜ। ਪੇਜ ਨੂੰ ਲਾਈਕ ਕਰਨ ਦੇ ਲਈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ 'ਤੇ ਕਰੋ ਕਲਿੱਕ ਅਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ।